ਸਲੋਕ ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋ ਅੰਦਨ ਨੀਤ ਖੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੀਤ ਸ਼ੰਤ ਸੁਣ ਯਾਰ ਹਮਾਰੇ ਸੱਜਣ ਕਰੋ ਬੇਨਤੀਆਂ ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋ ਖਜੰਤੀਆਂ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀ ਜੈ ਨੈਣ ਹਮਾਰੇ ਪ੍ਰਰੰਗ ਰੰਗਾਰੇ ਇੱਕ ਤਿਲ ਪੀ ਨਾ ਧੀਰੀ ਜੈ ਪ੍ਰਭ ਜੋ ਮਲੀਨਾ ਜਿਉਂ ਜਲ ਮੀਨਾ ਚਾਤ੍ਰਿਕ ਜਿਵੇਂ ਤਸੰਤੀਆਂ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਭਜੰਤੀਆਂ ਯਾਰ ਵੇ ਪ੍ਰਿਯ ਹਵੇ ਸਖੀਆਂ ਮੂੰਹ ਕਹੀ ਨਜਈਆਂ ਯਾਰ ਵੇ ਹਿੱਕ ਨੂੰ ਹਿੱਕ ਚਾੜੇ ਹੋਂ ਕਿਸ ਚਿਤਈਆਂ ਹਿੱਕ ਤੂੰ ਹਿੱਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਵਿਲਾਸਾ ਤਿੰਨਾਂ ਦੇਖ ਮਨ ਚਾਓ ਠੰਡਾ ਹੋਂ ਕਦ ਪਾਈ ਗੁਣ ਤਾਸਾ ਜਿੰਨੀ ਮੈਂਡਾ ਲਾਲ ਰਜਾਇਆ ਹੋਂ ਤਿਸ ਆਗੇ ਮਨ ਡਹੀਆਂ ਨਾਨਕ ਕਹੇ ਸੁਣ ਬਿਨੋ ਸੁਹਾਗਣ ਮੂੰਹ ਦਸ ਦਿਖਾਂ ਪਿਰ ਕਹੀਆਂ ਯਾਰ ਵੇ ਪਿਰ ਆਪਣ ਭਾਣਾ ਕਿਸ ਨੀਸ਼ੀ ਛੰਦਾ ਯਾਰ ਵੇ ਤਹਿਰਾਵਿਆ ਲਾਲਨ ਮੂੰਹ ਦਸ ਦਸੰਦਾ ਲਾਲਨ ਤੈ ਪਾਇਆ ਆਪ ਗਵਾਇਆ ਜੈ ਤਨ ਭਾਗ ਮਥਾਣੇ ਬਾਂ ਪਕੜ ਠਾਕਰ ਹਾਂ ਕਿੱਦੀ ਗੁਣ ਅਵਗੁਣ ਨਾ ਪਛਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕੁਛ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜੇ ਸੰਗ ਪਤਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ ਬਰ ਲੋੜੀਂਦਾ ਆਇਆ ਵੱਜੀ ਵਧਾਈ ਮਹਾਂ ਮੰਗਲ ਰਹਿਸਤੀਆ ਪਿਰ ਦਿਆਲ ਸਦ ਨਵਰੰਗੀਆਂ ਵੱਡ ਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤਸੰਗੀਆਂ ਆਸਾ ਮਨਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸਕੇਂਦੀ ਸਾ ਮੈਂ ਗੁਰ ਮਿਲ ਪਾਈ ਆਸਾ ਮਨਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸਕੇਂਦੀ ਸਾ ਮੈਂ ਗੁਰ ਮਿਲ ਪਾਈ ਦਰਸ਼ਨ ਸ਼ੁਰੂ ਕਰੋ ਹਾਂਜੀ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅੰਦਨ ਨੀਤ ਦਿਨ ਰਾਤ ਮੈਨੂੰ ਇਹੀ ਚਿਤ ਬਣਾ ਹੈ ਮੈਨੂੰ ਕਦੋਂ ਦਰਸ਼ਨ ਹੋ ਹੁਣ ਮੁਕਾਬਲੇ ਤੇ ਆਪਣੇ ਆਪ ਨੂੰ ਦੇਖੀਏ ਕਿ ਸਾਡੇ ਦਿਲ ਵਿੱਚ ਕਾਹਦੀ ਚਿੱਤ ਬਣਾ ਕਾਹਦਾ ਪਿਆਸ ਹੈ ਦਰਸ਼ਨ ਦੀ ਸਾਨੂੰ ਤਾਂ ਪਤਾ ਨਹੀਂ ਕਿ ਦਰਸ਼ਨ ਕਿਹਦਾ ਕਰਨਾ ਨਾ ਉਹਦਾ ਚਾਅ ਆਉਂਦਾ ਹੈ ਨਾ ਦਰਸ਼ਨ ਕਰਨ ਦੀ ਲਗਨ ਹੈ ਨਾ ਵਿਰਾਗ ਹੈ ਨਾ ਖਿੱਚ ਹੈ ਨਾ ਪਿਆਸ ਹੈ ਇਹ ਵੀ ਨਹੀਂ ਪਤਾ ਦਰਸ਼ਨ ਕਿਹਦੇ ਹੈ ਹੁਣ ਗੁਰਬਾਣੀ ਦਾ ਦੱਸਦੀ ਕਿ ਦਰਸ਼ਨ ਤੁਹਾਡੇ ਅੰਦਰ ਹੈ ਅੰਦਰ ਸ਼ਬਦ ਦੇ ਦਰਸ਼ਨ ਹੋਣੇ ਉੱਥੇ ਗੁਰੂ ਦੇ ਦਰਸ਼ਨ ਉੱਥੇ ਉੱਥੇ ਰੱਬ ਦੇ ਦਰਸ਼ਨ ਹੋਣੇ ਤਾਂ ਅੰਦਰ ਹੈ ਅੰਦਰ ਕੋਈ ਵੜਦਾ ਨਹੀਂ ਤਾਂ ਦਰਸ਼ਨ ਕਿਹਦੇ ਹੋਣ ਸਭ ਅਖੰਡ ਮਹਿਸੂਸ ਹੁੰਦਾ ਕੀ ਕਰਦੇ ਫਿਰਦੇ ਸੀ ਬਾਹਰ ਸਾਨੂੰ ਤਾਂ ਖਿੱਚ ਪਈ ਹੈ ਦੁਨੀਆਂ ਦੀ ਦੁਨੀਆਂ ਬਾਹਰ ਮੁਖੀ ਦੀ ਖਿੱਚ ਇੱਥੋਂ ਦੁਨੀਆਂ ਤੋਂ ਤਾਂ ਮਰਨਾ ਹੈ ਅੰਦਰ ਅੰਦਰ ਵੜਨਾ ਹੈ ਅੰਦਰ ਇੰਨੀ ਖਿੱਚ ਹੋਵੇ ਕਿ ਉਹ ਬਾਹਰ ਨਿਕਲੇ ਹੀ ਨਾ ਬਾਹਰ ਦਿਸੇ ਹੀ ਨਾ ਇੰਨੀ ਖਿੱਚ ਹੋਵੇ ਔਰ ਇਹ ਖਿੱਚ ਕਦੋਂ ਪੈਂਦੀ ਹੈ ਅਖੀਰ ਵਿੱਚ ਲਿਖਿਆ ਹੈ ਨਾ ਕਿ ਉਹ ਤੁੱਕ ਹੈਗੀ ਵਿੱਚ ਕਿ ਜਿਹੜੀ ਸੁਹਾਗਣਾ ਹੈ ਜਿਹੜੀ ਨਿਤ ਭੋਗ ਵਿਲਾਸ ਕਰਦੀਆਂ ਹੈ ਰੱਬ ਨਾਲ ਜਿਹੜੀਆਂ ਦੇ ਅੰਦਰ ਉਹ ਮਿਲ ਗਈਆਂ ਹੈ ਉਹਨਾਂ ਦੇਖ ਮਨ ਚਾਓ ਠੰਡਾ ਹੁਣ ਇੱਥੇ ਹੁਣ ਮੈਨੂੰ ਇੱਕ ਲਾਇਸ਼ ਆਈ ਸੀ
ਹੁਣ ਇਹ ਜਿਹੀਆਂ ਸੁਹਾਗਣਾਂ ਇਹ ਜੇ ਮਹਾਂਪੁਰਖ ਜੇ ਵਾਹਿਗੁਰੂ ਦੇ ਦਰਸ਼ਨ ਕਰਕੇ ਉਹਦੇ ਵਿੱਚ ਇੱਕ ਖਿਨ ਵੀ ਨਾ ਤੀਰੇ ਉਹ ਅੱਖਾਂ ਉਹਲੇ ਨਹੀਂ ਹੋ ਸਕਦੀਆਂ। ਇੰਨਾ ਐਡਾ ਸੋਹਣਾ ਦਰਸ਼ਨ ਹੈ, ਇੰਨੀ ਖਿੱਚ ਹੈ ਕਿ ਇੱਕ ਖਿਨ ਵੀ ਅੱਖ ਉਹਲੇ ਨਹੀਂ ਹੋ ਸਕਦੀ, ਚਮਕਣ ਵੀ ਚਮਕ ਨਹੀਂ ਹੁੰਦਾ। ਇਹ ਜੇ ਪ੍ਰੇਮ ਪ੍ਰੇਮ ਪੁਰਖ ਹੁਣ ਕਿਹਾ ਸੁੰਦਰ ਅਤਿ ਸੁੰਦਰ ਪ੍ਰੇਮ ਪੁਰਖ, ਪ੍ਰੇਮ ਦਾ ਪੁਰਖ ਹੈ ਉਹ, ਪ੍ਰੇਮ ਦਾ ਮੁਜੱਸਮ ਐਮਬੋਡੀਮੈਂਟ। ਇਹਦੇ ਦਰਸ਼ਨ ਮਨ ਇੰਨਾ ਮੋਹਿਆ ਜਾਂਦਾ ਹੈ ਕਿ ਅੱਖ ਵੀ ਚਮਕ ਨੂੰ ਜੀ ਨਹੀਂ ਕਰਦਾ। ਹੁਣ ਜਦੋਂ ਇਹ ਜੇ ਗੁਰਮੁਖਾਂ ਦੇ ਦਰਸ਼ਨ ਹੋਣ, ਉਹਨਾਂ ਨੂੰ ਦੇਖਦੇ ਕਿ ਉਹਨਾਂ ਦਾ ਜਿਹੜਾ ਰਸ ਆ ਉਹਨਾਂ ਦੇ ਚਿਹਰੇ 'ਤੇ, ਉਹਨਾਂ ਦੇ ਦਰਸ਼ਨ ਹੈ, ਉਹ ਰੱਬ ਤਾਂ ਇੱਕ ਪਾਸੇ, ਰੱਬ ਤਾਂ ਸਾਨੂੰ ਤਾਂ ਦਿਸਣਾ ਨਹੀਂ, ਸਾਨੂੰ ਤਾਂ ਦਿਸਣਾ ਹੈਗਾ ਉਹਨਾਂ ਦੇ ਪ੍ਰੇਮੀਆਂ ਦਾ। ਜਦੋਂ ਉਹਨਾਂ ਦੇ ਪ੍ਰੇਮੀਆਂ ਉਹ ਸੁਹਾਗਾਂ ਦੇ ਜਦੋਂ ਦਰਸ਼ਨ ਸੀ ਕਰਦੇ, ਸਾਨੂੰ ਵੀ ਚੌਟ ਤਾਂ ਨਾ ਹੈ, ਆਹ ਤਾਂ ਆਹ ਜਿਹੜੇ ਦਰਸ਼ਨ ਹੈਗੇ ਅਜੇ ਤਾਂ ਕਦੇ ਨਹੀਂ ਕਿ ਕਿਉਂ ਦਰਸ਼ਨ ਹੋਏ ਇਹ ਜੇ ਕਿਉਂ, ਕਿਉਂਕਿ ਉਹ ਉਹਨੂੰ ਰੱਬ ਸਾਖਿਆਤ ਨਹੀਂ ਦਿਸ ਰਿਹਾ ਹੈ, ਉਹਨੂੰ ਪ੍ਰੇਮ ਪੁਰਖ ਦਿਸ ਰਿਹਾ, ਉਹਦਾ ਰਸ ਮਾਣ ਰਿਹਾ। ਹੁਣ ਜਿੰਨਾ ਚਿਰ ਇਹ ਜੇ ਗੁਰਮੁਖ ਨਹੀਂ ਮਿਲਦੇ ਜੋ ਉਸ ਰਸ ਵਿੱਚ ਗੁਆਚੇ ਹੋਏ ਹੈ, ਮਖਮੂਰ ਹੋਏ ਹੈ, ਨਸ਼ਈ ਹੋਏ ਹੈ, ਰਸ ਰੂਪ ਹੋਏ ਹੋਏ ਹੈ, ਉਹਨਾਂ 'ਚ ਸਾਨੂੰ ਚਾਉ ਨਹੀਂ ਉੱਠਦਾ। ਕਿਉਂਕਿ ਉੱਥੇ ਇੱਕ ਦੂਜੇ ਕਚਾੜੇ ਅਣਖ ਪਿਆਰ ਇੱਕ ਥੋੜ੍ਹੀ ਹੈ ਰੱਬ ਦੇ ਘਰ ਦੇ ਵਿੱਚ, ਉਹਦੇ ਰੱਬ ਦੇ ਘਰ ਦੇ ਵਿੱਚ ਰੱਬ ਦੇ ਉਦਾਲੇ ਇੱਕ ਦੂਜੇ ਕਚਾੜੇ ਇੱਕ ਦੂ ਇੱਕ ਤੋਂ ਵੱਧ ਇੱਕ ਤੋਂ ਵੱਧ ਉਹ ਜਿੱਧਰ ਨਿਗਾਹ ਮਾਰਦਾ ਹੈ ਉੱਥੇ ਐਂ ਮਹਿਸੂਸ ਹੁੰਦਾ ਵੀ ਆਹ ਇੱਧਰੋਂ ਕਹਾਂ। ਹੁਣ ਇੱਥੇ ਹੁਣ ਨੁਕਤਾ ਇੱਕ ਹੁਣ ਸੁੱਝਿਆ ਸੀਗਾ, ਉਹ ਇਹ ਹੈ ਕਿ ਅਸੀਂ ਰਹਿੰਦੇ ਕਿੱਥੇ ਹਾਂ, ਅਸੀਂ ਕਿਸ ਸੰਗਤ ਵਿੱਚ ਰਹਿੰਦੇ ਹਾਂ। ਅਸੀਂ ਤਾਂ ਉਹਨਾਂ ਦੀ ਸੰਗਤ ਰਹਿੰਦੇ ਜਿਹੜੇ ਫੂੰ ਫੂੰ ਕਰਦੇ ਫਿਰਦੇ, ਉਹ ਬੋਲਦਾ ਇੱਧਰ ਕੋਈ ਲੱਗਦਾ ਹੀ ਨਹੀਂ, ਜੇ ਕੋਈ ਲੱਗੇ ਵੀ ਉਹ ਫੂੰ ਫੂੰ ਕਰਨ ਵਾਲਿਆਂ 'ਚ ਲੱਗੇ, ਕਿਸੇ 'ਚ ਅੱਖਾਂ 'ਚ ਮਸਤੀ ਹੈ ਨਹੀਂ, ਨਸ਼ਈ ਨਹੀਂ ਹੈ ਨਹੀਂ, ਕਿਸੇ 'ਚ ਰਸ ਨਹੀਂ ਹੈ, ਕਿਸੇ ਚਾਉ ਨਹੀਂ ਹੈ, ਅਤੇ ਉਹਨਾਂ ਦੇ ਦਰਸ਼ਨ ਹੋਈ ਜਿਹੀ ਜਿਹੀ ਅੰਗਤ ਸਾਹਮਣੇ ਹੋ ਗਈ ਉਹੋ ਜਿਹਾ ਤੁਹਾਡੇ 'ਤੇ ਅਕਸ ਪਾਏਗਾ। ਅਸੀਂ ਤਾਂ ਸੰਗਤ ਕਰਦੇ ਹਾਂ ਉਹਨਾਂ ਦੀ ਜਿਹੜੇ ਫੂੰ ਫੂੰ ਕਰਨ ਵਾਲੇ ਹੈ, ਸਾਡੇ ਲੀਡਰ ਸਾਰੇ ਫੂੰ ਫੂੰ ਕਰਨ ਵਾਲੇ ਹੈ, ਸਾਡੇ ਆਗੂ ਧਾਰਮਿਕ ਆਗੂ ਸਾਰੇ ਫੂੰ ਫੂੰ ਕਰਨ ਵਾਲੇ, ਹੰਕਾਰ ਉਹਨਾਂ ਦੇ ਅੱਖਾਂ 'ਚੋਂ, ਉਹਨਾਂ ਦੇ ਚਿਹਰੇ 'ਚੋਂ, ਉਹਦੇ ਲਫ਼ਜ਼ ਤੋਂ, ਉਹਦੇ ਅੰਗ ਅੰਗ 'ਚੋਂ ਫੂੰ, ਸਾਨੂੰ ਉਹ ਚਾਹੋ ਉਹ ਹਜੇ ਚਾਹੋ ਚੜ੍ਹਨਾ ਨਾ, ਜੋ ਜੈਸੀ ਸੰਗਤ ਕਰੇ ਸੋਤਾ ਸਫਲ। ਆ ਮੈਨੂੰ ਹੁਣੇ ਆਸ਼ਾ ਸ਼ਬਦ ਸ਼ੁਰੂ ਕੀਤਾ ਵਾਕ ਸ਼ੁਰੂ ਕੀਤਾ, ਮੈਨੂੰ ਇਹ ਖਿਆਲ ਆਇਆ ਬਈ ਸੰਤ ਸੰਗਤ ਉਹਨਾਂ ਦੀ ਚਾਹੀਦੀ ਹੈ ਇਹਨੂੰ ਦੇਖ ਕੇ ਸਾਨੂੰ ਵੀ ਚਾਹ ਜਾਵੇ। ਤੇ ਹੁਣ ਕੀ ਹੁੰਦਾ, ਸਾਨੂੰ ਇੱਕ ਨੂੰ ਦੇਖਦਾ ਕਿ ਉਹ ਤਿੰਨ ਚਾਰ ਰੰਗ ਬਿਰੰਗੀਆਂ ਲੀਰਾਂ ਇੱਥੇ ਪਾ ਕੇ, ਇੱਥੇ ਦੋ ਚਾਰ ਲੋਹੇ ਜਿਹੇ ਪਾ ਕੇ, ਅਤੇ ਸਾਡਾ ਵੀ ਉਹੋ ਜਿਹਾ ਜੀ ਕਰਦਾ, ਉਹੋ ਜਿਹੇ ਬਣ ਗਏ, ਅਸੀਂ ਵੀ ਉਹੋ ਜਿਹੇ ਬਣ ਜਾਂਦੇ। ਫਿਰ ਉਹ ਬਾਹਰੋਂ ਬਣੀ ਜਾਂਦੇ ਹੈ, ਬਾਹਰੋਂ ਸ਼ਿੰਗਾਰ ਲੈ ਜਾਂਦੇ, ਅੰਦਰ ਤੋਂ ਉਹਨਾਂ ਦਾ ਕੁਛ ਵੀ ਨਹੀਂ ਹੁੰਦਾ, ਉਹ ਜਿਹੜੀ ਸੰਗਤ ਕਰਕੇ ਉਹੋ ਜਿਹੇ ਬਣੀ ਜਾਂਦੇ। ਪਰ ਸਾਨੂੰ ਹੈ ਉਹ ਤਾਂ ਹੈ ਹੀ ਨਹੀਂ, ਰੱਬੀ ਰੰਗ ਵਾਲੇ, ਰੱਬੀ ਰਸ ਵਾਲੇ, ਜੇ ਪ੍ਰੀਤਮ ਦੇ ਵਿੱਚ ਗੁਆਚੇ ਹੋਏ ਰਸ ਰੂਪ ਬਣੇ ਹੋਏ ਇਹ ਜਿਹਾ ਕੋਈ ਮਿਲਦਾ? ਜਿਨ ਡਿੱਠਿਆ ਦੇਖੋ ਤੁਸੀਂ, ਜਿਨ ਡਿੱਠਿਆ ਮਨ ਰਹੱਸੀ ਰਹੱਸ ਵਿੱਚ ਆਵੇ, ਕਿਸੇ ਸਵਾਦ ਵਿੱਚ ਆਵੇ, ਕਿਸੇ ਰਸ ਵਿੱਚ ਆਵੇ, ਕਿਉਂ ਪਾਈਏ ਤੈਨੂੰ, ਕਿਵੇਂ ਪਾਈਏ ਉਹਨਾਂ ਦੀ ਸੰਗਤ, ਕਿਵੇਂ ਮਿਲੇ, ਕਿੱਥੋਂ ਮਿਲੇ, ਹੈ ਹੀ ਨਹੀਂ, ਉਹ ਤਾਂ ਹੈਗੇ ਟਾਵੇਂ, ਉਹ ਤਾਂ ਕਰੋੜਾਂ 'ਚ ਇੱਕ ਅੱਧਾ ਮਿਲੇਗਾ, ਅਤੇ ਸਾਡੀ ਬਿਰਤੀ ਨੇ ਜਦੋਂ ਕਿਤੇ ਉਹ ਮਿਲਿਆ ਵੀ ਸਾਡੀ ਬਿਰਤੀ ਨੂੰ ਪਛਾਣਨਾ ਨਹੀਂ, ਫਿਰ ਵੀ ਬਣ ਜਾਣਾ, ਕਿਉਂਕਿ ਸਾਡੀ ਬਿਰਤੀ ਤਾਂ ਬਾਹਰ ਮੁਖੀ ਹੋਈ ਹੈ, ਕਿਉਂਕਿ ਲੱਖਾਂ 'ਚੋਂ
ਇੱਕ ਅੱਧਾ ਧਰਮ ਵੱਲ ਲੱਗਦਾ ਹੈ, ਜਿਹੜਾ ਲੱਗਦਾ ਹੈ ਉਹ ਫੂ ਫੂ ਕਰਨ ਵਾਲੇ ਹੋਮੇ ਵਾਲਿਆਂ ਚ ਫਸ ਜਾਂਦਾ ਹੈ ਤੇ ਬਸ ਉੱਥੇ ਉਦੋਂ ਕਹਾਣੀ ਜਾ ਸਕਦਾ। ਫਿਰ ਰਸੀ ਅੜਾ, ਦੇਖੋ ਜੀ ਬਾਣੀ ਚ ਲਿਖ ਕੋਈ ਕੋਈ ਗੁਰਮੁਖ ਰਸੀ ਅੜਾ ਰਸ ਵਾਲੇ ਦੀ ਲੋੜ ਹੈ, ਜੇ ਰਸ ਵਾਲੇ ਦੀ ਕੋਈ ਹੋਊਗਾ ਭੇਟਿਓ ਔਰ ਰਸਕ ਵੈਰਾਗੀ, ਰਸ ਵਾਲਾ ਰਸਕ ਵਾਲਾ ਵੈਰਾਗੀ, ਦੁਨੀਆਂ ਦੇ ਉਹਨੂੰ ਪਰਵਾਹ ਹੀ ਨਹੀਂ, ਵੈਰਾਗੀ ਉਹਨੂੰ ਕਹਿੰਦਾ ਦੁਨੀਆਂ ਦਾ, ਹੋਰ ਉਹਨੂੰ ਇੱਕ ਇੱਕ ਤੋਂ ਬਗੈਰ ਉਹਨੂੰ ਕੁਝ ਨਹੀਂ ਸੋਚਦਾ ਜਿਹੜਾ। ਹੁਣ ਇਹ ਜੇ ਗੁਰਮੁਖ ਲੱਭਦੇ ਨਹੀਂ ਹੈ, ਜੇ ਲੱਭ ਜਾਣ ਬਸ ਫਿਰ ਫਿਰ ਤਾਂ ਉਹ ਮਨ ਅਰਪੀ ਤਨ ਅਰਪੀ ਅਰਪੀ ਸਭ